السلام علیکم، کیا حال ہے جی؟ ٹھیک ہے ویسے ٹی وی میں جمال الدین تساں دیکھتے پے یوٹیوب چینل جی دنیا فور. اج دا میں شروع اج جل دے پوں اپنے پتی والے رقبے دے پچا دالے تے اتھوں جل تے ہوندا وزٹ کرے سوں کہ ہوندا کیا صورت حال ہے تے او ایتھوں کنے تقریبا 20 کلومیٹر پر اے تے سفر دے ہاں پہنچ گئے پٹرول پہ موٹر سائیکل چلا گیا اگلا ویڈیو پٹرول پمپ لے رہے ہیں.
بارش کی وجہ زیادہ خراب تھے، دوبارہ جڑ بھی بنیا ویسے سردی ہے، ہاں سردی تقریباً ساڈا گھنے کے 5-6 کلومیٹر اگتے پوج ویسوں والا ویڈیو تھی بڑے سوں کنک تے وی تے اپنے رقبے تے بہت سفر سفر ڈیرے تقریباً 3 ساڈے گھر 22 کلومیٹر پوجتے تھی والا پہنچ ویسوں والا کہیں کو کوئی کھانا ہے تو آپ کہیں کو کوئی نہیں ہوں تقریباً 4 کلومیٹر آڈے لگی پی نا ہوں تقریباً 4 کلومیٹر سے کچھ بھی سو ان شاء اللہ کنک تک اساں بھی اپنے کنک تک پہنچ ہوں پہنچنے والے والا جو دیکھ سوں میں کیا صورت حال ہے کنک کا رستے ہی کچے جم سے نظاب آزادی علاقہ ہے رستے ملا کوئی نہیں لائک تو بارش سے آپ بارش کی وجہ نالی خراب تھی گئی والا زمین بھی کچھ کچے ہیں ریتلے نہیں وجہ تو رستہ خراب ہے جم پم دے ہوں پہنچتے والا سستی قسم اپنا کنک رستے ہی کوئی نہیں میں بس دوبارے ٹائم پاس ہوں جناب ہوں اصا اپنے کنک تے ہوں بس پہنچے ودوں نزدیک ہوں بس بس 5 منٹ کا سفر ہے گی تے پہنچے سو ان شاء اللہ سکوں دیکھے سو فائنلی جناب ہوں اصا پہنچ گئے ہوں اپنے رقبے تے میں تے میرا بھرا ہے حال ہے دا خوش ہو ٹھیک ہو اسا ہوں پہنچ گئے ہوں اپنے رقبے اسا ہوں پہنچ گئے ہوں اپنے رقبے تے ہوں کنک دا وزٹ کرے سو سکوں تو سکوں دیکھے سو کنک اپنا تے اسا ہوں جناب پج گئے ہوں تے ہوں ایشین میں لاٹ ہے اے جناب سارا اپنا کنک ہے دیکھتے تو اے پہلے اسا تقریباً رہ گئے ہوں پہلے کاشتے تھے کچھ
ਦੇਰ ਨਾਲ ਕੀਤੇ ਸੇ ਤੇ ਹਾਲੇ ਦੇਰ ਇਹ ਆਪਣੇ ਸਿੱਟੇ ਸਿੱਟੇ ਕੱਢੀ ਖੜੇ ਇਹ ਫਾਈਨਲ ਥਿਆ ਪੇ ਤੇ ਤਕਰੀਬਨ ਦਾਣਾ ਵੀ ਚਾਵਣ ਵਾਲਾ ਏ ਤੇ ਇਹ ਜਿਹੜਾ ਇਹ ਹਾਲੇ ਦੇਰ ਕੁਝ ਬਾਅਦ ਚ ਰਾਵਣ ਦਾ ਟਾਈਮ ਦੇ ਬਾਅਦ ਚ ਤੇ ਅਸਾਂ ਹੁਣ ਸਾਕੂ ਆਪਣੇ ਰਕਬੇ ਦਾ ਵਿਜ਼ਿਟ ਕਰਵੇ ਸੂ ਇਹ ਮੇਰੇ ਭਰਾ ਨੇ ਸਾਰੇ ਅਸਾਂ ਆਪਣੇ ਗਣੇ ਕੋ ਚੱਕਰ ਮਰਿੰਦੇ ਵਦੋਂ ਦੇਖਦੇ ਵਦੋਂ ਬਈ ਕਿਆ ਸੂਰਤ ਹਾਲੇ ਯਾਰ ਜ਼ਮੀਨ ਕੁਝ ਕਿਤਾਂ ਕਿਤਾਂ ਉਹ ਲੇਜ਼ਰ ਨਾ ਥਿਆ ਨਾ ਇਹ ਵਜ੍ਹਾ ਤੋਂ ਕੁਝ ਟੁਕੜੇ ਇਵੇਂ ਬਚ ਗਏ ਹਨ ਪਾਣੀ ਦੇ ਵਜ੍ਹਾ ਨਾਲ ਪਾਣੀ ਉੱਤੇ ਨਹੀਂ ਚੜਿਆ ਨਾ ਇਹਦੇ ਉੱਤੇ ਟੁਕੜੇ ਦੇ ਟਿਊਬਵੈਲ ਦਾ ਪਾਣੀ ਕੌੜਾ ਹੈ ਕੁਝ ਤੇ ਪਾਣੀ ਇਵੇਂ ਜਿਵੇਂ ਜ਼ਿਆਦਾ ਕੌੜਾ ਹੈ ਤੇ ਜ਼ਮੀਨ ਇਵੇਂ ਬਾੜ ਕੱਢੇ ਦੇ ਜਿਵੇਂ ਕਲਰ ਹੁੰਦੇ ਕਲਰ ਵਾਂਗੂ ਤੇ ਇੱਥਾਂ ਨਹਿਰੀ ਪਾਣੀ ਵੀ ਕੋਈ ਨਹੀਂ ਤੇ ਪਚਾਦੀ ਲੈ ਕੇ ਇੱਥਾਂ ਪਚਾਦ ਦਾ ਖਾਦੇ ਜੇਕੇ ਖਾਦੇ ਵਾਲੇ ਬੋਰ ਲੱਗਦੇ ਨੇ ਇੱਥਾਂ ਤੇ ਤਕਰੀਬਨ ਵੀਹ 15-20 ਫੁੱਟ ਦਾ ਖੱਡਾ ਹੈ ਸਾਡਾ ਜਿੱਕਾ ਕੀਤੀ ਖੜੂੰ ਉੱਥਾਂ ਹੀ ਆਪਣਾ ਬੋਰ ਦਾ ਸਿਸਟਮ ਲਾਤੀ ਖੜੂੰ ਪੀਟਰ ਮਿਸਾਲ ਪੱਖਾ ਅਤੇ ਇਹੋ ਸਾਰਾ ਕੁਝ ਅਤੇ ਉਹ ਵੀ ਜੁਲਤ ਸਕੂੰ ਜੁਲਤੇ ਦਿਖੇ ਸੂੰ ਅੱਗੇ ਅਤੇ ਇੱਥਾਂ ਕੁਝ ਰਤੇ ਰਤੇ ਨਜ਼ਰ ਦੇ ਪੈਂਦੇ ਪਤਾ ਨਹੀਂ ਬਾਰਿਸ਼ ਦੀ ਵਜ੍ਹਾ ਨਾਲ ਕੋਈ ਬਿਮਾਰੀ ਦੀ ਵਜ੍ਹਾ ਨਾਲ ਤਕਰੀਬਨ ਬਾਰਿਸ਼ ਸਰਦੀ ਦੀ ਵਜ੍ਹਾ ਨਾਲ ਚੋਟੀਆਂ ਇਵੇਂ ਕੁਝ ਰਤੇ ਰਤੇ ਥੇ ਪੈਂਦੇ ਇੱਥਾਂ ਤਕਰੀਬਨ ਅਸਾਂ ਰਾਤ ਦਿਨ ਸੇ ਤਕਰੀਬਨ ਇੱਕ ਬੋਰ ਦੇ ਥੱਲੇ ਤਕਰੀਬਨ ਇੱਥਾਂ ਬੋਰ ਕਾਸ਼ਤ ਕਰਦੇ 100-50 ਏਕੜ 50-60 ਏਕੜ ਤੱਕ ਕਰਦੇ ਅਗਰ ਸਹੀ ਜ਼ਮੀਨ ਹੋਵੇ ਤਾਂ ਪੱਕਾ ਅਗਰ ਜ਼ਿਆਦਾ ਰੇਤਲੀ ਹੁੰਦੇ ਉਹਦੇ ਉੱਤੇ ਵਾਲਾ 30-35-40 ਏਕੜ ਤਕਰੀਬਨ ਕਰਦੇ ਆ ਬਾਅਦ ਇੱਕ ਬੋਰ ਹੁਣ ਬੋਰ ਹੀ ਦਿਖੇ ਸਾਨੂੰ ਜੁਲ ਸਕੂੰ ਇਹ ਜਨਾਬ ਬੋਰ ਦਾ ਖੱਡਾ ਹੈ ਤਾਂ ਇਹ ਫਲੈਕਸ ਵਾਲ ਨਜ਼ਰ ਦਾ ਪਏ ਅਸਾਂ ਉਹ ਜਿਹੜੇ ਟਾਈਮ ਪਾਣੀ ਦੇ ਤੇ ਵਾਲਾ ਉਹ ਸਮਾਨ ਆਪਣਾ ਚਾਹਵੇਂ ਤੂੰ ਉਹ ਇੱਕ ਆਪਣਾ ਸੱਕਾ ਹੈ ਹੁੰਦੇ ਘਰ ਵਿੱਚ ਰੱਖੇ ਨੂੰ ਅਤੇ ਇਹ ਬੋਰ ਦਾ ਖੱਡਾ ਹੈ ਬੋਰ ਇੱਥਾਂ ਹੀ ਲੱਗਾ ਖੜੇ ਇੱਥੋਂ ਵੱਲ ਪਾਣੀ ਇਵੇਂ ਵਹਿੰਦੇ ਆਪਣੇ ਫਸਲ ਦੇ ਵਿੱਚ ਸਿੱਧਾ ਜੱਕਾ ਇਹ ਅੱਡ ਦੇ ਵਿੱਚੋਂ ਇਵੇਂ ਇਹ ਰਕਬਾ ਹੈ ਸਾਡਾ ਜਨਾਬ ਮੈਕੂ ਹੁੰਡੇ ਸੋ ਇਜਾਜ਼ਤਾਂ ਪਾਕਿਸਤਾਨ ਜ਼ਿੰਦਾਬਾਦ।